प्यारे बच्चों सब तो पहला प्यार भरी सत श्री अकाल आज आपा ग्रामर ਦਾ ਟਾਪਿਕ ਬਹੁਾਰਥਿਕ ਸ਼ਬਦ ਕਰਾਂਗੇ ਬਹੁਾਰਥਿਕ ਸ਼ਬਦ ਕੀ ਹੁੰਦੇ ਨੇ ਆਪਾਂ ਪੜ੍ਹਦੇ ਹਾਂ ਜਦੋਂ ਇੱਕ ਸਰੂਪ ਵਾਲਾ ਸ਼ਬਦ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖਰੇ-ਵੱਖਰੇ ਅਰਥ ਪ੍ਰਗਟ ਕਰਦਾ ਹੈ ਤਾਂ ਇਸ ਨੂੰ ਬਹੁਾਰਥਿਕ ਸ਼ਬਦ ਆਖਿਆ ਜਾਂਦਾ ਹੈ ਜਿਵੇਂ ਕੜੀ ਸ਼ਬਦ ਦੇ ਤਿੰਨ ਅਰਥ ਦਿੱਤੇ ਗਏ ਹਨ ਕਹਿੰਦੇ ਇੱਕ ਸ਼ਬਦ ਦੇ ਜੇ ਤਿੰਨ ਅਰਥ ਨਿਕਲਦੇ ਹੋਣ ਉਹਨਾਂ ਨੂੰ ਕੀ ਕਿਹਾ ਜਾਂਦਾ ਬਹੁਅਰਥਿਕ ਸ਼ਬਦ ਕਿਹਾ ਜਾਂਦਾ ਹੈ ਠੀਕ ਹੈ ਉਦਾਹਰਣ ਦੇਖਦੇ ਹਾਂ ਰਾਜੀ ਆਪਾਂ ਮੇਰੀ ਘੜੀ ਬੜੀ ਸੋਹਣੀ ਹੈ ਘੜੀ ਦਾ ਪਾਣੀ ਠੰਡਾ ਹੈ ਰਾਜੂ ਮੈਨੂੰ ਘੜੀਮੂੜੀ ਤੰਗ ਕਰੀ ਜਾ ਰਿਹਾ ਹੈ ਤਾਂ ਘੜੀ ਦੇ ਤਿੰਨ ਅਰਥ ਨਿਕਲੇ ਨੇ ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਬਹੁਅਰਥਿਕ ਸ਼ਬਦ ਕਿਹਾ ਜਾਂਦਾ ਹੈ ਬੋਲ ਅਰਥ ਰੱਖਣ ਵਾਲਾ ਕੁਝ ਸ਼ਬਦ ਤੇ ਉਹਨਾਂ ਦੀ ਵਾਕਾਂ ਵਿੱਚ ਵਰਤੋ ਪਹਿਲਾਂ ਉਹਦਾ ਅਰਥ ਦੱਸਣਾ ਫਿਰ ਉਹਦਾ ਵਾਕ ਬਣਾਉਣਾ ਠੀਕ ਹੈ ਸਭ ਤੋਂ ਪਹਿਲਾ ਸ਼ਬਦ ਹੈ ਉਲਟੀ ਉਲਟੀਦਾਰ ਅਰਤੁੰਦਾ ਪੁੱਠੀ ਕਹਿ ਵੀ ਕਹਿਣਾ ਅਸੀਂ ਮੋੜਨੀ ਵੀ ਕਹਿੰਦੇ ਆ ਠੀਕ ਹੈ ਤਾਂ ਉਲਟੀ ਪੁੱਠੀ ਰਾਹ ਵਿੱਚ ਬਸ ਉਲਟੀ ਪਈ ਸੀ ਕ ਬਸ ਵਿੱਚ ਅਕਸਰ ਮੈਨੂੰ ਉਲਟੀ ਆ ਜਾਂਦੀ ਹੈ ਮੋੜਨੀ ਮੈਂ ਤੁਹਾਡੀ ਗੱਲ ਕਦੇ ਨਹੀਂ ਉਲਟੀ ਦੂਸਰੇ ਨੰਬਰ ਤੇ ਰਾਜੇ ਆਕੜ ਆਕੜ ਦਾ ਅਰਥ ਹੁੰਦਾ ਹੈ ਹੰਕਾਰ ਸਖਤ ਹੋਣਾ ਵੀ ਹੁੰਦਾ ਔਖੇ ਹੋ ਕੇ ਹਰ ਭਾਜਨ ਹੁਣ ਦੇਖਦੇ ਆ ਮਾਕਾ ਚ ਕਿਵੇਂ ਵਰਤਿਆ ਹਰ ਭਾਜਨ ਸਿੰਘ ਵਿੱਚ ਪੈਸੇ ਦੀ ਬਹੁਤ ਆਕੜ ਹੈ ਸਖਤ ਹੋਣਾ ਠੰਡ ਕਾਰਨ ਮੁਰਦਾ ਆਕੜ ਗਿਆ ਔਖੇ ਔਕੇ ਉਹ ਨਾਮ ਨਾਲ ਆਕੜ ਕੇ ਬੋਲਿਆ ਅੱਗੇ ਕਰਦੇ ਆ ਤੀਜੇ ਨੰਬਰ ਤੇ ਰਾਜੇ ਸੂਆ ਜਨਣਾ ਛੋਟੀ ਨੈਰ ਵੱਡੀ ਸੂਈ ਮੱਝ ਨੇ ਚੌਥਾ ਸੂਆ ਦਿੱਤਾ ਹੈ ਇਸ ਨੈਰ ਦਾ ਸੂਆ ਸਾਡੇ ਪਿੰਡ ਵੱਲ ਜਾਂਦਾ ਹੈ ਵੱਡੀ ਸੂਈ ਸੂਆ ਬੋਰੀਆਂ ਸਿਉਣ ਦੇ ਕੰਮ ਆਉਂਦਾ ਹੈ ਅੱਗੇ ਕਰਦੇ ਹਾਂ ਚੌਥੀ ਨੰਬਰ ਤੇ ਹਾਰ ਫੁੱਲਾਂ ਦਾ ਹਾਰ ਹਰਾ ਦੇਣਾ ਵਰਗੀ ਦੁੱਲਾ-ਧੋਲਣ ਨੇ ਵਿਆਹ ਵਿੱਚ ਇੱਕ ਦੂਜੇ ਦੇ ਗਲ ਹਾਰ ਪਾਏ ਹਰਾ ਦੇਣਾ ਕੱਲ ਭਾਰਤ ਦੀ ਜ਼ਿੰਬਾਬਵੇ ਕੋਲੋਂ ਪਹਿਲੀ ਹਾਰ ਹੋਈ ਵਰਗੀ ਪੰਜਾਬ ਦੀ ਕਣਕ ਸੋਨੇ ਹਾਰ ਹੁੰਦੀ ਹੈ ਠੀਕ ਹੈ ਅੱਗੇ ਕਰਦੇ ਹਾਂ ਰਾਜੇ ਪੰਜਵਾਂ ਜਿਹੜਾ ਹੈ ਕਲੀ ਸਫੇਦੀ ਫੁੱਲ ਦੀ ਕਲੀ ਭਾਂਡਿਆਂ ਦੀ ਕਲੀ ਸਫੇਦੀ ਜਿਹੜੀ ਆਪਾਂ ਰੰਗ ਕਰਦੇ ਆਂ ਘਰਾਂ ਦੇ ਵਿੱਚ ਠੀਕ ਹੈ ਉਹਨੂੰ ਸਫੇਦੀ ਕਿਹਾ ਜਾਂਦਾ ਹੈ ਫੁੱਲਾਂ ਦੀ ਕਲੀ ਫੁੱਲ ਬਨਣ ਤੋਂ ਪਹਿਲਾਂ ਕੀ ਹੁੰਦਾ ਇੱਕ ਕਲੀ ਹੁੰਦੀ ਹੈ ਭਾਂਡਿਆਂ ਦੀ ਕਲੀ ਜਿਹੜੇ ਪਿੱਤਲ ਦੇ ਭਾਂਡੇ ਹੁੰਦੇ ਨੇ ਉਹਨਾਂ ਨੂੰ ਕਲੀ ਕੀਤਾ ਜਾਂਦਾ ਠੀਕ ਹੈ ਪਹਿਲਾਂ ਕੀਤਾ ਜਾਂਦਾ ਸੀ ਠੀਕ ਹੈ ਉਹਨੂੰ ਕਲੀ ਬੋਲਿਆ ਜਾਂਦਾ ਹੈ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਬਾਗ 'ਚ ਕਿਵੇਂ ਵਰਤਦੇ ਆਂ ਪਾਉਂਦੇ ਆਂ ਸਫੈਦੀ ਘਰ ਵਿੱਚ ਕਲੀ ਕਰਾਉਣ ਵਾਲੀ ਹੈ ਫੁੱਲਾਂ ਨਾਲ ਕਲੀਆਂ ਵੀ ਖੁਸ਼ਬੂ ਦੇ ਰਹੀਆਂ ਹਨ ਪਿੱਤਲ ਦੇ ਭਾਂਡੇ ਤੋਂ ਕਲੀ ਉਤਰ ਰਹੀ ਹੈ ਰਾਜੇ ਉਮੀਦ ਕਰਦੀ ਆ ਤੁਹਾਨੂੰ ਬਹੁ ਆਰਥਿਕ ਸ਼ਬਦ ਜਿਹੜੇ ਉਹ ਤੁਹਾਨੂੰ ਸਮਝ ਆ ਗਏ ਹੋਣਗੇ ਤੁਸੀਂ ਇਹਨਾਂ ਨੂੰ ਆਪਣੀ ਜਿਹੜੀ ਵਿਆਕਰਨ ਦੀ ਕਾਪੀ ਹੈ ਪੰਜਾਬੀ ਦੀ ਉਹਦੇ ਉੱਪਰ ਲਿਖ ਲੈਣਾ ਹੈ ਧੰਨਵਾਦ